ਤੁਸੀਂ ਇਹ ਦੱਸ ਦਿਓ ਕਿ ਹਫਤਾ ਪਹਿਲਾਂ ਤੁਹਾਡੇ ਫੋਨ ਦੇ ਉੱਤੇ 2000 ਦਾ ਨੋਟ ਆਣਾ ਸ਼ੁਰੂ ਹੋ ਗਿਆ ਸੀ ਕਿ ਨਹੀਂ? ਬਿਲਕੁਲ ਆਏ ਸੀ, ਤੁਹਾਨੂੰ ਫੋਟੋ ਆ ਗਈ ਸੀ, ਆ ਨਵਾਂ ਨੋਟ ਆ ਰਿਹਾ। ਸਾਨੂੰ ਲੱਗ ਰਿਹਾ ਸੀ ਕੋਈ ਮਜ਼ਾਕ ਕਰ ਰਿਹਾ, 2000 ਦਾ ਇਦਾਂ ਦਾ ਜਾਮਣੀ ਜਿਹਾ ਨੋਟ ਨਹੀਂ ਆ ਸਕਦਾ। ਆ ਗਿਆ ਜੇ ਦੋ ਹਫਤਾ ਪਹਿਲਾਂ ਵੀ ਜੇ ਨੋਟ ਬਾਹਰ ਹੈਗਾ, ਕਿਸੇ ਨੇ ਫੋਟੋ ਖਿੱਚੀ ਆ ਉਹਦੀ, ਇਹ ਨੋਟ ਬਾਹਰ ਕਿੱਦਾਂ ਆ ਗਏ? ਇਹਦਾ ਮਤਲਬ ਆਪਣੇ ਯੂਜ਼ ਵਾਸਤੇ ਪੈਸੇ ਪਹਿਲਾਂ ਐਡਜਸਟ ਹੋ ਚੁੱਕੇ ਨੇ ਇਹਨਾਂ ਨੇ, ਸਰਕਾਰਾਂ ਨੇ, ਮੌਜੂਦਾ ਸਰਕਾਰ ਨੇ, ਜਿਨ੍ਹਾਂ 'ਚੋਂ ਸਾਡੀ ਬਾਦਲ ਗਵਰਨਮੈਂਟ ਵੀ ਹੈ, ਔਰ ਉੱਥੇ ਤੁਹਾਡੀ ਸੈਂਟਰ ਦੇ ਵਿੱਚ BJP ਹੈ ਜਿਹੜੀ ਸਟੇਟਾਂ ਦੇ ਵਿੱਚ ਲੜਨਾ ਚਾਹ ਰਹੀ ਹੈ, ਉਹਨਾਂ ਨੇ ਆਪਣੇ ਪੈਸੇ ਪਹਿਲਾਂ ਐਡਜਸਟ ਕਰ ਲਏ ਨੇ। ਮੈਨੂੰ 10 ਥਾਵਾਂ ਤੋਂ ਅਲੱਗ ਅਲੱਗ ਤਰ੍ਹਾਂ ਦੇ ਫੋਟੋ ਆਏ ਸੀਗੇ ਨੋਟ ਦੇ, ਵੀ ਇੱਦਾਂ ਦਾ ਨੋਟ ਆ ਰਿਹਾ, ਇੱਦਾਂ ਦਾ ਨੋਟ ਆ ਰਿਹਾ। ਇਹਦਾ ਮਤਲਬ RBI ਨੇ ਨੋਟ ਬਾਹਰ ਕੱਢ ਦਿੱਤੇ ਪਬਲਿਕ 'ਚ, ਪਬਲਿਕ ਇਸ਼ੂ ਕਰਨ ਤੋਂ ਪਹਿਲਾਂ ਉਹਨਾਂ ਨੇ ਹਫਤਾ ਪਹਿਲਾਂ ਲੋਕਾਂ ਕੋਲ ਕਿੱਦਾਂ ਫੜੇ ਹੋਏ ਸੀ ਨੋਟ? ਇਹਦਾ ਮਤਲਬ ਮਨੀ ਸਰਕੂਲੇਟ ਹੋ ਚੁੱਕੀ ਹੈ ਕਿ ਬਾਕੀਆਂ ਦੀ ਮਨੀ ਡੰਪ ਕਰ ਦਿਓ, ਆਪਣੀ ਮਨੀ ਪਹਿਲਾਂ ਐਡਜਸਟ ਕਰ ਲਈ ਹੈ। ਮੈਨੂੰ ਲੱਗਦਾ ਕਿ ਮੌਜੂਦਾ ਭਾਜਪਾ ਬਾਦਲ ਗਵਰਨਮੈਂਟ ਜਿਹੜੀ ਹੈ ਉਹ ਵੀ ਪੰਜਾਬ 'ਚ ਉਸ ਪੈਸੇ ਨੂੰ ਸਰਕੂਲੇਟ ਕਰ ਚੁੱਕੀ ਹੈ। ਕਾਲਾ ਧਨ ਤੋਂ ਹਮ ਸਭ ਕਾਲੇ ਧਨ ਕੇ ਅਗੇਂਸਟ ਹੈ, ਕਾਲਾ ਧਨ ਬਾਹਰ ਆਉਣਾ ਚਾਹੀਏ, ਲੇਕਿਨ ਜਿਸ ਤਰੀਕੇ ਸੇ ਇਹ ਲੋਕੋਂ ਪੇ ਥੋਪਾ ਗਿਆ ਹੈ, ਜੈਸੇ ਲੋਕੋਂ ਪੇ ਇਹ ਲਾਦ ਦਿਆ ਗਿਆ ਹੈ, ਇਹਦੇ ਵਿੱਚ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਇਫੈਕਟਡ ਕੌਣ ਹੋ ਰਿਹਾ? ਇਹਦੇ 'ਚ ਮਿਡਲ ਕਲਾਸ, ਲੋਅਰ ਮਿਡਲ ਕਲਾਸ ਜ਼ਿਆਦਾ ਇਫੈਕਟਡ ਹੈ। ਔਰ ਅਸੀਂ ਗਲਤਾਂ ਕਰਦੇ ਰਹੇ ਹਾਂ, ਮੈਨੀਫੈਸਟੋ 'ਚ ਵੀ ਗੱਲ ਕੀਤੀ BJP ਨੇ ਕਿ ਬਾਹਰ ਦਾ ਕਾਲਾ ਧਨ ਵਾਪਸ ਲਾਇਆ ਜਾਏਗਾ, ਜਿਹੜਾ ਸਵਿਸ ਬੈਂਕਾਂ ਦੇ ਵਿੱਚ ਹਜ਼ਾਰਾਂ ਅਰਬ ਰੁਪਏ ਉੱਥੇ ਪਏ ਨੇ ਲੋਕਾਂ ਦੇ, ਉਹ ਅਸੀਂ ਵਾਪਸ ਲੈ ਕੇ ਆਵਾਂਗੇ। ਕੀ ਇਸ ਤਰੀਕੇ ਨਾਲ ਬਾਹਰਲਾ ਸਾਰਾ ਕਾਲਾ ਧਨ ਵਾਪਸ ਆ ਗਿਆ ਜਿਹਦੇ 'ਚੋਂ 15-15 ਲੱਖ ਰੁਪਈਆ ਸਾਰੇ ਹਰ ਹਿੰਦੁਸਤਾਨੀ ਦੀ ਜੇਬ 'ਚ ਜਾਣਾ ਸੀ? ਇਹ ਤਾਂ ਜਿਹੜਾ ਕਿਸੇ ਗਰੀਬ ਦੀ ਜੇਬ 'ਚ ਕੋਈ ਜਨਾਨੀਆਂ ਨੇ ਕਮੇਟੀਆਂ ਪਾ ਪਾ ਕੇ ਜੋੜੇ ਹੋਏ ਸੀ, ਕਿਸੇ ਨੇ ਆਪਣੇ ਮੁੰਡੇ ਦੀ ਫੀਸ ਲਈ ਘਰ ਪੈਸੇ ਜੋੜੇ ਹੋਏ ਸੀ, ਉਹ ਵਿਚਾਰਾ ਡਿਕਲੇਅਰ ਵੀ ਨਹੀਂ ਕਰ ਸਕਦਾ, ਡਿਕਲੇਅਰ ਕਰੇਗਾ ਉਹਦੇ 'ਚੋਂ ਵੀ 30% ਕੱਟਿਆ ਜਾਏਗਾ, ਅੱਜ ਨਹੀਂ ਤਾਂ ਕੱਲ੍ਹ ਨੂੰ ਕੱਟਿਆ ਜਾਏਗਾ। ਸੋ ਇਹ ਤਾਂ ਆਮ ਲੋਕਾਂ ਦੀ ਜੇਬ 'ਤੇ ਇੱਕ ਤਰ੍ਹਾਂ ਦਾ ਐਸਾ ਡਾਕਾ ਪਿਆ, ਇੱਕ ਤਰ੍ਹਾਂ ਦੀ ਉਹਨਾਂ ਨੂੰ ਮੁਸੀਬਤ ਪੈ ਗਈ ਹੈ। ਹਰ ਬੰਦੇ ਦੀ ਆਪਣੀ ਪਰੇਸ਼ਾਨੀ ਹੈ ਘਰੇਲੂ, ਕਿਸੇ ਨੇ ਆਪਣੇ ਇਲਾਜ ਲਈ ਜੋੜ ਕੇ ਰੱਖੇ ਸੀ, ਕੁਝ ਲੇਡੀਜ਼ ਨੇ ਆਪਣੇ ਸ਼ਰਾਬੀ ਬੰਦਿਆਂ ਤੋਂ ਚੋਰੀ ਪੈਸੇ ਰੱਖੇ ਸੀ ਵੀ ਕੱਲ੍ਹ ਨੂੰ ਬੱਚੀ ਦੀ ਸ਼ਾਦੀ ਹੈ, ਇਹਨੂੰ ਦੇ ਤੇ ਨੇ ਉਜਾੜ ਦੇਣੇ ਆ, ਉਹ ਸਾਰੇ ਪੈਸੇ ਘਰ ਪਏ ਇਲੀਗਲ ਹੋ ਗਏ ਨੇ। ਸੋ ਮੇਰੇ ਖਿਆਲ ਨਾਲ ਸੁਸਾਇਟੀ ਦੀ ਬਿਹਤਰੀ ਨੂੰ ਧਿਆਨ 'ਚ ਰੱਖ ਕੇ ਕਈ ਚੀਜ਼ਾਂ ਨੂੰ ਵਿਚਾਰ ਕਰਕੇ ਇਹ ਚੀਜ਼ ਕੀਤੀ ਜਾਂਦੀ, ਚੰਗੇ ਕਦਮ ਦਾ ਸਾਰੇ ਸਵਾਗਤ ਕਰਦੇ ਨੇ, ਬਟ ਜਿਸ ਤਰੀਕੇ ਨਾਲ ਲੋਕਾਂ ਨੂੰ ਲਤਾੜਿਆ ਗਿਆ, ਇਗਨੋਰ ਕੀਤਾ ਗਿਆ, ਇਹ ਤਰੀਕਾ ਹਿੰਦੁਸਤਾਨੀਆਂ ਨੇ ਟੋਟਲੀ ਡਿਸਕਾਰਡ ਕਰ ਦਿੱਤਾ। ਔਰ ਦੂਸਰੀ ਗੱਲ ਇਹ ਹੈ ਕਿ ਉਹ ਮੋਦੀ ਸਾਹਿਬ ਕੱਲ੍ਹ ਲੰਬਾ ਭਾਸ਼ਣ ਦਿੱਤਾ, ਮੈਂ ਵੀ ਸੁਣਿਆ, ਇੱਕ ਲਾਈਨ ਵੀ ਨਹੀਂ ਬੋਲੀ ਕਿ ਬਾਹਰਲਾ ਕਾਲਾ ਧਨ ਕਿੱਥੇ, ਜਿਹੜੇ ਤੁਹਾਡੇ ਮਗਰ ਮੱਛਾਂ ਨੇ, ਤੁਹਾਡੀਆਂ ਵੱਡੀਆਂ ਮੱਛੀਆਂ ਨੇ, ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਵੀ ਅਸੀਂ ਖੁਲਾਸਾ ਕੀਤਾ ਸੀ, ਔਰ ਹੋਰ ਵੀ ਬੜੀਆਂ ਵੱਡੀਆਂ ਮੱਛੀਆਂ ਨੇ ਜਿਨ੍ਹਾਂ ਦੇ ਸਵਿਸ ਬੈਂਕ 'ਚ ਖਾਤੇ ਨੇ, ਹੋਰ ਦੇਸ਼ਾਂ ਦੇ ਵਿੱਚ ਪ੍ਰੋਪਰਟੀਜ਼ ਨੇ, ਇਨਵੈਸਟਮੈਂਟਸ ਨੇ, ਉਹ ਧਨ ਇੰਡੀਆ 'ਚ ਕਿੱਦਾਂ ਆ ਗਿਆ, ਮੈਨੂੰ ਇਸ ਪੂਰੇ ਸਟੈਪ ਨਾਲ ਸਮਝ ਨਹੀਂ ਆਈ। ਜਿਹੜਾ ਇੱਕ ਲੇਮੈਨ ਦਾ ਨੁਕਸਾਨ ਹੋਇਆ ਉਹਦੀ ਤਕਲੀਫ ਮੈਨੂੰ ਅੱਜ ਵੀ ਹੈ। ਇੱਥੇ ਮਜ਼ਦੂਰ ਬੰਦਾ ਵੀ ਤੁਹਾਨੂੰ ਪਤਾ 2-2 ਸਾਲ ਆਪਣੇ ਵਾਪਸ UP ਬਿਹਾਰ ਨਹੀਂ ਜਾਂਦਾ, ਇੱਥੇ ਬੈਠਾ ਪੈਸੇ ਜੋੜਦਾ ਰਹਿੰਦਾ, ਪੈਸੇ ਜੋੜਦਾ ਰਹਿੰਦਾ, ਉਹਨੂੰ ਅੱਜ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ। ਅੱਛਾ, ਕੱਲ੍ਹ ਅਸੀਂ ਦਿੱਲੀ ਬੈਠੇ ਸੀ ਜਦੋਂ ਫੋਨ ਆ ਰਿਹਾ ਸੀ ਕਿਸੇ ਦਾ, ਇੱਕ ਬੰਦੇ ਦਾ ਸੰਜੇ ਜੀ ਨੂੰ ਫੋਨ ਆਇਆ, ਉਹਨਾਂ ਦਾ ਰਿਸ਼ਤੇਦਾਰ ਹੈ, ਕਿ ਸਾਹਿਬ ਮੈਂ ਜਾ ਰਿਹਾ ਸੀ ਮੁੰਬਈ, ਟ੍ਰੇਨ ਦੇ ਵਿੱਚ ਹਾਂ, ਮੈਂ ਉੱਥੇ ਜਾ ਕੇ ਉਹ ਕੈਂਸਰ ਦਾ ਪੇਸ਼ੈਂਟ ਆਪਣਾ ਇਲਾਜ ਕਰਾਉਣ ਜਾ ਰਿਹਾ ਸੀ ਉੱਥੇ, ਉਹ ਕਹਿੰਦਾ ਮੇਰੇ ਕੋਲ ਉਨੇ ਕੀ ਪੈਸੇ ਨੇ, ਕਹਿੰਦਾ ਟ੍ਰੇਨ 'ਚ ਮੇਰੇ ਪੈਸੇ ਨਹੀਂ ਚੱਲ ਰਹੇ, ਉਹ ਕਹਿੰਦਾ ਮੇਰੇ ਕੋਲ ਨਾ ਹੁਣ ਖਾਣ ਨੂੰ 100-100 ਰੁਪਏ ਦੇ ਹੈਗੇ ਨੇ ਟੁੱਟੇ ਪੈਸੇ, ਨਾ ਮੈਨੂੰ ਕੋਈ ਚੇਂਜ ਦੇ ਰਿਹਾ, ਮੇਰੇ ਕੋਲ ਜਿੱਦਾਂ ਘਰਦਿਆਂ ਨੇ 2000-5000 ਜੋ ਵੀ ਦਿੱਤਾ ਹੋਣਾ ਉਹਦੇ ਕੋਲ ਜੇਬ 'ਚ ਸੀ, ਕੈਂਸਰ ਦਾ ਪੇਸ਼ੈਂਟ ਹੈ ਵਿਚਾਰਾ, ਉਹ ਟ੍ਰੇਨ ਦੇ ਵਿੱਚ ਬੈਠਾ, ਕੋਈ ਪ੍ਰੋਡਕਟ ਨਹੀਂ ਲੈ ਰਿਹਾ, ਉਹ ਲੈ ਨਹੀਂ ਪਾ ਰਿਹਾ ਖਾਣ ਵਾਸਤੇ, ਜਾਂ ਉਹਨੂੰ ਕੋਈ ਹੋਰ ਸਹੂਲਤ ਚਾਹੀਦੀ ਹੈ, ਉਹ ਕਹਿੰਦਾ ਹੁਣ ਮੈਂ ਉਤਰਾਂਗਾ ਸਟੇਸ਼ਨ 'ਤੇ, ਮੈਨੂੰ ਇਹ ਨਹੀਂ ਪਤਾ ਕਿ ਮੇਰੇ ਕੋਲ ਗੱਡੀ ਵਾਲਾ ਮੇਰੇ ਤੋਂ ਲਏਗਾ 500 ਦਾ ਨੋਟ ਕਿ ਨਹੀਂ, ਫਿਰ ਮੈਨੂੰ ਵਾਪਸ ਦੇਵੇਗਾ ਕਿ ਨਹੀਂ 300 ਰੁਪਈਆ, ਆਟੋ ਵਾਲਾ ਮੇਰੇ ਕੋਲ ਲਏਗਾ ਕਿ ਨਹੀਂ। ਸੋ ਬੜੇ ਐਸੇ ਇਸ਼ੂਜ਼ ਨੇ ਜਿਨ੍ਹਾਂ ਨੂੰ ਇੱਕਦਮ ਇਗਨੋਰ ਕਰਕੇ ਵਾਹ ਵਾਹ ਖੱਟਣ ਵਾਸਤੇ ਅਸੀਂ ਬਿਨਾਂ ਪਲਾਨ ਕੀਤੇ ਇੱਕ ਲੋਕਾਂ ਦੇ ਉੱਤੇ ਚੀਜ਼ ਥੋਪ ਦਿੱਤੀ ਹੈ। ਸੋ ਮੇਰੇ ਖਿਆਲ ਨਾਲ ਕਾਲੇ ਧਨ ਦੀ ਵਾਪਸੀ ਲਈ ਸਾਰੇ ਅਸੀਂ ਖੁਸ਼ ਹਾਂ ਕਿ ਆਉਣਾ ਚਾਹੀਦਾ, ਬਟ ਇਸ ਤਰੀਕੇ ਨਾਲ ਕਾਲਾ ਧਨ ਤਾਂ ਵਾਪਸ ਨਹੀਂ ਆ ਰਿਹਾ, ਸਿਰਫ ਬੱਲੇ ਬੱਲੇ ਆ ਰਹੀ ਹੈ ਮੋਦੀ ਸਰਕਾਰ ਨੂੰ, ਉਹਦੇ ਉਹ ਸ਼ੌਕੀਨ ਨੇ।